ਤੁਹਾਡੇ ਨਾਲ ਕਦੀ ਅਜਿਹਾ ਹੋਇਆ ਹੈ ਕਿ ਤੁਸੀਂ ਦਫ਼ਤਰ ਜਲਦੀ ਪਹੁੰਚਣ ਦੇ ਚੱਕਰ ਵਿੱਚ ਆਪਣੇ ਘਰ ਦਾ ਏਸੀ ਪੱਖਾ ਜਾਂ ਲਾਈਟਾਂ ਬੰਦ ਕਰਨਾ ਭੁੱਲ ਗਏ ਹੋ ਪਰ ਹੁਣ ਇਸ ਸਮੱਸਿਆ ਨਾਲ ਤੁਹਾਨੂੰ ਕਦੇ ਵੀ ਦੋਚਾਰ ਨਹੀਂ ਹੋਣਾ ਪਵੇਗਾ ਕਿਉਂਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ ਲੈ ਕੇ ਆਏ ਨੇ ਇੱਕ ਅਜਿਹੀ ਐਪ ਜਿਸ ਨਾਲ ਤੁਸੀਂ ਕਿਤੋਂ ਵੀ ਬੈਠ ਕੇ ਆਪਣੇ ਮੋਬਾਈਲ ਦੇ ਕਲਿੱਕ ਜ਼ਰੀਏ ਆਪਣੇ ਘਰ ਦੇ ਏਸੀ ਪੱਖੇ ਜਾਂ ਲਾਈਟਸ ਨੂੰ ਆਨ ਆਫ ਕਰ ਸਕਦੇ ਹੋ। ਤੇ ਰੁੱਖ ਅਗਲੀ ਖਬਰ ਦਾ ਕਰਦੇ ਹਾਂ ਤੇ ਤੁਹਾਨੂੰ ਦੱਸਦੇ ਹਾਂ ਕਿ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਵੱਲੋਂ ਦੀ ਲਗਾਤਾਰ ਜਨ ਸਰੋਕਾਰਾਂ ਨਾਲ ਜੁੜੇ ਹੋਏ ਮੁੱਦੇ ਜੋ ਲਗਾਤਾਰ ਦਿਖਾਏ ਜਾ ਰਹੇ ਨੇ ਉਹਨਾਂ ਦੇ ਬਾਰੇ ਵਿੱਚ ਤੁਹਾਨੂੰ ਦੱਸਾਂਗੇ। ਗੱਲ ਕਰਦੇ ਹਾਂ ਤੁਹਾਨੂੰ ਤਾਂ 8 ਤਸਵੀਰਾਂ ਦਿਖਾ ਰਹੇ ਹਾਂ ਇਸ ਤਰ੍ਹਾਂ ਦੇ ਨਾਲ ਅਸੀਂ ਵੱਖ ਵੱਖ ਹਫ਼ਤਿਆਂ ਦੇ ਦੌਰਾਨ ਆਪਣੇ ਵੀਕਲੀ ਮਿਸ਼ਨ ਦੇ ਜ਼ਰੀਏ ਉਸ ਵਿਸ਼ੇ ਨੂੰ ਨਾ ਸਿਰਫ ਚੁੱਕਿਆ ਬਲਕਿ ਅੰਜਾਮ ਤੱਕ ਵੀ ਪਹੁੰਚਾਇਆ ਜੋ ਜਨਤਾ ਨਾਲ ਸਿੱਧੇ ਤੌਰ 'ਤੇ ਜੁੜੇ ਹੋਏ ਸਨ। ਉਹ ਭਾਵੇਂ ਸਿਹਤ ਵਿਵਸਥਾ ਹੋਵੇ, ਸਿੱਖਿਆ ਹੋਵੇ ਜਾਂ ਸੜਕਾਂ ਦੀ ਸੂਰਤ ਹਾਲ, ਇਹਨਾਂ 8 ਤਸਵੀਰਾਂ ਜ਼ਰੀਏ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਮਿਸ਼ਨ ਮੰਡੀ 'ਚ ਅਸੀਂ ਮੰਡੀਆਂ ਦੀ ਸੂਰਤ ਹਾਲ ਨੂੰ ਨਾ ਸਿਰਫ ਬਿਆਨ ਕੀਤਾ ਬਲਕਿ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਵੀ ਪ੍ਰਮੁੱਖਤਾ ਨਾਲ ਦਿਖਾਇਆ। ਦੂਜੀ ਤਸਵੀਰ ਸਿਹਤ ਸਹੂਲਤਾਂ ਦੀ ਹੈ। ਸੂਬੇ ਅੰਦਰ ਸੂਬਾ ਸਰਕਾਰ ਦੇ ਢੁੱਕਵੀਆਂ ਸਿਹਤ ਸੇਵਾਵਾਂ ਦੇਣ ਦੇ ਹਰ ਦਾਅਵੇ ਦੀ ਜ਼ਮੀਨੀ ਹਕੀਕਤ ਤੋਂ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੇ ਲੋਕਾਂ ਨੂੰ ਰੂਬਰੂ ਕਰਵਾਇਆ ਤੇ ਹਸਪਤਾਲਾਂ ਦੀ ਹਾਲਤ ਤੇ ਇਲਾਜ ਲਈ ਖੱਜਲ ਖੁਆਰ ਹੁੰਦੇ ਮਰੀਜ਼ਾਂ ਦੀ ਆਵਾਜ਼ ਬਣਿਆ ਜ਼ੀ ਪੰਜਾਬ ਹਰਿਆਣਾ ਹਿਮਾਚਲ। ਤੀਜੀ ਤਸਵੀਰ ਸਾਫ਼ ਪੀਣ ਦੇ ਪਾਣੀ ਲਈ ਤਰਸਦੇ ਲੋਕਾਂ ਦੀ ਹੈ। ਪੰਜ ਦਰਿਆਵਾਂ ਦੀ ਧਰਤੀ ਪੰਜਾਬ ਵਿੱਚ ਸਾਫ਼ ਪੀਣ ਦੇ ਪਾਣੀ ਲਈ ਤਰਸਦੇ ਲੋਕਾਂ ਦੀ ਹਰ ਖਬਰ ਨੂੰ ਅਸੀਂ ਪ੍ਰਮੁੱਖਤਾ ਨਾਲ ਵਿਖਾਇਆ। ਚੌਥੀ ਸੂਬੇ ਸੀਵਰੇਜ ਪ੍ਰਬੰਧਾਂ ਦੀ ਪੋਲ ਖੋਲ੍ਹਦੀ ਤਸਵੀਰ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੇ ਖਾਸ ਤਵੱਜੋ ਦੇ ਕੇ ਚਲਾਈ ਇਹ ਮੁਹਿੰਮ, ਸੀਵਰੇਜ ਪ੍ਰਬੰਧਾਂ ਵਿਚਲੀਆਂ ਖਾਮੀਆਂ ਨੂੰ ਉਜਾਗਰ ਕੀਤਾ। ਪੰਜਵੀਂ ਤਸਵੀਰ ਸਾਡੇ ਚੁਗਿਰਦੇ ਨਾਲ ਜੁੜੀ ਹੈ। ਲੋਕਾਂ ਲਈ ਸਾਫ਼ ਸਫਾਈ ਦਾ ਮਸਲਾ ਚੁੱਕਣ ਦੇ ਨਾਲ ਨਾਲ ਲੋਕਾਂ ਨੂੰ ਜਾਗਰੂਕ ਕਰਦੀਆਂ ਖਬਰਾਂ ਅਸੀਂ ਕਈ ਵਾਰ ਨਸ਼ਰ ਕੀਤੀਆਂ। ਛੇਵੀਂ ਤਸਵੀਰ 'ਚ ਸਿੱਖਿਆ ਦੇ ਉਸ ਮਿਆਰ ਅਤੇ ਢਾਂਚੇ ਨੂੰ ਬਿਆਨ ਕਰ ਰਹੀ ਹੈ ਜਿਸ ਨੂੰ ਸਰਕਾਰਾਂ ਤੱਕ ਪਹੁੰਚਾਇਆ ਗਿਆ ਸਾਡੇ ਵੱਲੋਂ, ਅਤੇ ਨਾ ਸਿਰਫ ਸਰਕਾਰਾਂ ਨੇ ਉਸ ਪਾਸੇ ਕਦਮ ਪੁੱਟੇ ਬਲਕਿ ਸਰਕਾਰੀ ਸਕੂਲਾਂ 'ਚ ਬੁਨਿਆਦੀ ਸਹੂਲਤਾਂ ਦੀ ਘਾਟ ਦੇ ਨਾਲ ਨਾਲ ਅਧਿਆਪਕਾਂ ਤੋਂ ਸੱਖਣੇ ਸਮੂਲ ਸਕੂਲਾਂ ਸਮੇਤ ਸਾਰੀਆਂ ਖਾਮੀਆਂ ਨੂੰ ਉਜਾਗਰ ਕੀਤਾ। ਸੱਤਵੀਂ ਤਸਵੀਰ ਟ੍ਰੈਫਿਕ ਦੀ ਸਮੱਸਿਆ ਨੂੰ ਬਿਆਨ ਕਰਦੀ ਹੈ। ਸ਼ਹਿਰਾਂ ਦੀ ਪੈਦਾ ਹੋ ਰਹੀ ਟ੍ਰੈਫਿਕ ਦੀ ਸਮੱਸਿਆ ਬਾਰੇ ਅਤੇ ਇਸ 'ਤੇ ਆਮ ਲੋਕਾਂ ਨੂੰ ਪੈਦਾ ਹੋਣ ਵਾਲੀ ਪਰੇਸ਼ਾਨੀ ਨੂੰ ਅਸੀਂ ਦਿਖਾਇਆ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ਹੋਣ ਕਰਕੇ ਹੋਣ ਵਾਲੇ ਹਾਦਸਿਆਂ ਬਾਰੇ ਵੀ ਅਸੀਂ ਪ੍ਰਮੁੱਖਤਾ ਨਾਲ ਦਿਖਾਇਆ ਅਤੇ ਇਸ ਪਾਸੇ ਸਿਸਟਮ ਦਾ ਧਿਆਨ ਦਿਵਾਇਆ। ਸੋ ਇਹ 8 ਤਸਵੀਰਾਂ ਨੇ ਜੋ ਬਿਆਨ ਕਰ ਰਹੀਆਂ ਨੇ ਕਿ ਕਿਸ ਤਰ੍ਹਾਂ ਨਾਲ ਜ਼ੀ ਪੰਜਾਬ ਹਰਿਆਣਾ ਹਿਮਾਚਲ ਵੱਖ ਵੱਖ ਮੁੱਦਿਆਂ 'ਤੇ ਲੋਕਾਂ ਦੀ ਆਵਾਜ਼ ਬਣਦਾ ਰਿਹਾ, ਉਹਨਾਂ ਦੀ ਆਵਾਜ਼ ਨੂੰ ਸਰਕਾਰਾਂ ਤੱਕ ਪਹੁੰਚਾਉਂਦਾ ਰਿਹਾ ਅਤੇ ਉਹਨਾਂ ਨੂੰ ਅੰਜਾਮ ਤੱਕ ਵੀ ਪਹੁੰਚਾਇਆ।